ਐਸਬੀਆਈ ਬੈਂਕ 'ਚ ਵੱਡਾ ਘੁਟਾਲਾ, 3 ਕਰੋੜ ਦੀ ਹੇਰਾਫੇਰੀ, ਲੌਕਰਾਂ 'ਚੋਂ ਸੋਨਾ ਵੀ ਗਾਇਬ। ਇਹ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਸਬ ਡਿਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਸ਼ੇਖੂਪੁਰਾ ਤੋਂ, ਜਿੱਥੇ ਦੀ ਸਟੇਟ ਬੈਂਕ ਆਫ ਇੰਡੀਆ ਬ੍ਰਾਂਚ 'ਚੋਂ ਕਰੋੜਾਂ ਰੁਪਏ ਦਾ ਘੁਟਾਲਾ ਹੋਇਆ ਤੇ ਇਲਜ਼ਾਮ ਵੀ ਕਿਸੇ ਹੋਰ ਤੇ ਨਹੀਂ ਬਲਕਿ ਬੈਂਕ ਦੇ ਹੀ ਹੈੱਡ ਕੈਸ਼ੀਅਰ ਤੇ ਲੱਗੇ ਨੇ। ਐਸਬੀਆਈ ਦੀ ਬ੍ਰਾਂਚ 'ਚ 3 ਕਰੋੜ ਦਾ ਘਪਲਾ ਹੋਇਆ, ਪਰ ਹੈਰਾਨਗੀ ਤਾਂ ਉਦੋਂ ਹੋਈ ਜਦੋਂ ਗਾਹਕਾਂ ਦੇ ਲੌਕਰਾਂ ਦੇ ਵਿੱਚੋਂ ਸੋਨਾ ਵੀ ਗਾਇਬ ਪਾਇਆ ਗਿਆ। ਹੈੱਡ ਕੈਸ਼ੀਅਰ ਦੇ ਗਾਹਕਾਂ ਦੇ ਖਾਤਿਆਂ ਵਿੱਚੋਂ 39 ਲੱਖ ਰੁਪਏ, ATM ਚੋਂ ਕਰੀਬ 16 ਲੱਖ ਰੁਪਏ ਅਤੇ ਲੌਕਰਾਂ ਦੇ ਵਿੱਚੋਂ 342 ਗ੍ਰਾਮ ਸੋਨੇ ਦੀ ਚੋਰੀ ਦੇ ਇਲਜ਼ਾਮ ਲੱਗੇ ਨੇ। ਗਾਹਕਾਂ ਦੇ ਖਾਤਿਆਂ 'ਚੋਂ ਲੱਖਾਂ ਰੁਪਏ ਕਢਾ ਲਏ ਗਏ ਅਤੇ ਉਹਨਾਂ ਨੂੰ ਇਸ ਤੇ ਕਾਨੂੰ ਕਾਨ ਖਬਰ ਤੱਕ ਨਹੀਂ ਹੋਈ। ਇਸ ਘੁਟਾਲੇ ਬਾਰੇ ਉਹਨਾਂ ਨੂੰ ਉਦੋਂ ਪਤਾ ਲੱਗਿਆ ਜਦੋਂ ਪੈਸੇ ਕਢਵਾਉਣ ਬੈਂਕ ਦੇ ਵਿੱਚ ਗਏ ਤਾਂ ਅੱਗੇ ਉਹ ਖਾਤੇ ਖਾਲੀ ਮਿਲੇ। ਅਸੀਂ ਕੰਮ ਸਾਨੂੰ ਨਹੀਂ ਸੀ ਪਤਾ, ਅਸੀਂ ਇੱਥੇ ਆਏ ਨਹੀਂ। ਜਦੋਂ ਅਸੀਂ ਆਏ, ਜਦੋਂ ਇੱਥੇ ਦੇਖਿਆ ਸਾਡੇ ਖਾਤੇ 'ਚ ਪੈਸੇ ਹੈ ਨਹੀਂ ਸੀ। 8.5 ਲੱਖ ਰੁਪਈਆ ਮੇਰਾ ਖੁੱਲ੍ਹੇ ਖਾਤੇ ਸੀਗਾ, 2:35 ਦੀ ਮੇਰੀ ਲਿਫਟ ਸੀ, 2:35 ਦੀ ਮੇਰੇ ਭਰਾ ਦੀ ਲਿਫਟ ਸੀ। ਸਰ, ਅਸੀਂ ਬੱਚੇ ਨੂੰ ਬਾਹਰ ਤੋਂ ਆਉਂਦਾ ਸੀ, ਜਦੋਂ ਅਸੀਂ ਵਿੜਕ ਲਈ ਅਤੇ ਪੈਸੇ ਲੈਣ ਆਏ ਤਾਂ ਇਹ ਕਹਿੰਦੇ ਵੀ ਤੁਹਾਡੇ ਖਾਤੇ 'ਚ ਪੈਸਾ ਹੈ ਨਹੀਂ। ਕਿਵੇਂ ਪਤਾ ਕੀਤਾ ਵੀ ਕੀ ਹੋਇਆ, ਕੀ ਗੱਲਬਾਤ ਕੀਤੀ ਸਾਰੀ ਬੈਂਕ? ਨਿੱਘਾ ਅਸੀਂ ਪਤਾ ਕਰਾਈ, ਸਾਨੂੰ ਕਹਿੰਦੇ ਕੋਈ ਗੱਲ ਨਹੀਂ, ਅਸੀਂ ਤੁਹਾਡੇ ਨਾਲ ਆ, ਤੁਹਾਡੇ ਨਾਲ ਸਹਿਮਤੀ ਸਾਡੀ, ਅਸੀਂ ਤੁਹਾਨੂੰ ਪੈਸੇ ਦਵਾ ਦਿਆਂਗੇ। ਸਾਨੂੰ ਤਾਂ ਇਹ ਗੱਲ ਕਹਿ ਕੇ ਮੋੜ ਦਿੰਦੇ ਸੀ, ਅੱਜ ਤੱਕ ਸਾਨੂੰ ਕੋਈ ਪੈਸਾ ਇਹਨਾਂ ਨੇ ਦਿੱਤਾ ਨਹੀਂ। ਮਾਮਲਾ ਧਿਆਨ 'ਚ ਆਉਂਦੇ ਪੁਲਿਸ ਨੇ FIR ਦਰਜ ਕੀਤੀ ਹੈ। ਪੁਲਿਸ ਦੀ ਸ਼ੁਰੂਆਤੀ ਜਾਂਚ 'ਚ ਸਾਹਮਣੇ ਆਇਆ ਕਿ ਲੋਨ ਲੈਣ ਦੇ ਸਮੇਂ ਗਾਹਕਾਂ ਤੋਂ ਖਾਲੀ ਵਾਊਚਰਾਂ 'ਤੇ ਸਾਈਨ ਕਰਾ ਲਏ ਜਾਂਦੇ ਸਨ ਜੋ ਗਾਹਕਾਂ ਦੀਆਂ ਫਾਈਲਾਂ 'ਚ ਲੱਗੇ ਹੁੰਦੇ ਸੀ, ਤਾਂ ਹੈੱਡ ਕੈਸ਼ੀਅਰ ਨੇ ਇਹਨਾਂ ਵਾਊਚਰਾਂ ਦੇ ਜ਼ਰੀਏ ਹੀ ਖਾਤਿਆਂ 'ਚੋਂ ਇਹ ਸਾਰੇ ਪੈਸੇ ਕਢਵਾਏ ਨੇ। SBI ਬੈਂਕ ਸ਼ੇਖਪੁਰਾ ਬ੍ਰਾਂਚ ਵਿੱਚ ਉਹਨਾਂ ਦੇ ਅਕਾਊਂਟ 'ਚੋਂ ਪੈਸੇ ਕਢਵਾਏ ਗਏ ਸੀ, ਜਦਕਿ ਉਹਨਾਂ ਨੇ ਇਹੋ ਜਿਹਾ ਕੁਛ ਕੰਮ ਨਹੀਂ ਕੀਤਾ ਸੀ। ਇਸ ਦੀ ਜਾਂਚ EO ਬੈਂਕ ਕੋਲ ਗਈ ਸੀ। EO ਬੈਂਕ ਨੇ ਪੜਤਾਲ ਕਰਕੇ ਇਹ ਸਿੱਟਾ ਕੱਢਿਆ ਕਿ ਕਾਫੀ ਜਣਿਆਂ ਦੇ ਅਕਾਊਂਟ 'ਚੋਂ ਪੈਸੇ ਗਾਇਬ ਹੋਏ ਸੀ ਜਿਹੜੇ ਕਿ ਉਹਨਾਂ ਨੇ ਨਹੀਂ ਕਢਾਏ ਸੀ, ਜਿਸ ਦੇ ਬੇਸ 'ਤੇ FIR ਤਲਵੰਡੀ ਸਾਬੋ ਦਰਜ ਕੀਤੀ ਗਈ ਹੈ। ਇਸ ਦੇ ਵਿੱਚ ਬੈਂਕ ਦੇ ਵਿੱਚ ਗੋਲਡ ਲੋਨ ਦਾ ਜਿਹੜੇ ਲੋਨ ਲੈਂਦੇ ਉਹਦਾ ਵੀ ਸੋਨਾ ਪਿਆ ਸੀ, ਉਹ ਵੀ ਗਾਇਬ ਹੋਇਆ ਹੈ, ਅਤੇ ATM ਦੇ ਵਿੱਚੋਂ ਵੀ ਪੈਸੇ ਨਿਕਲੇ ਸੀ। ਉਹ ਸਾਰਾ ਕੁਝ ਇਹ 'ਚ ਇਨਕਲੂਡਿਡ ਹੈਗਾ FIR ਦੇ ਵਿੱਚ। ਦੱਸੀਏ ਕਿ ਮੁਲਜ਼ਮ ਹਰਵੀਰ ਸਿੰਘ ਲੰਬੇ ਸਮੇਂ ਤੋਂ ਬ੍ਰਾਂਚ 'ਚ ਤੈਨਾਤ ਸੀ। ਪੀੜਤਾਂ ਦੇ ਵੱਲੋਂ ਬੈਂਕ ਮੈਨੇਜਰ ਅਤੇ ਹੋਰਨਾਂ ਮੁਲਾਜ਼ਮਾਂ 'ਤੇ ਵੀ ਮਿਲੀ ਭੁਗਤ ਦਾ ਸ਼ੱਕ ਜਤਾਇਆ ਜਾ ਰਿਹਾ, ਤਾਂ ਦੂਜੇ ਪਾਸੇ ਪੁਲਿਸ ਵੱਲੋਂ ਫਰਾਰ ਕੈਸ਼ੀਅਰ ਦੀ ਭਾਲ ਕੀਤੀ ਜਾ ਰਹੀ ਹੈ। ਪਰ ਇਸ ਪੂਰੇ ਘੁਟਾਲੇ 'ਚ ਹੋਰ ਕੌਣ ਕੌਣ ਸ਼ਾਮਿਲ ਹੈ, ਇਸ ਦਾ ਖੁਲਾਸਾ ਆਉਣ ਵਾਲੇ ਸਮੇਂ 'ਚ ਹੋਏਗਾ। ਤਲਵੰਡੀ ਸਾਬੋ ਤੋਂ ਲਖਵਿੰਦਰ ਦੀ ਰਿਪੋਰਟ, News 18 ਪੰਜਾਬ। SBI ਬੈਂਕ 'ਚ ਵੱਡਾ ਘੁਟਾਲਾ, 3 ਕਰੋੜ ਦੀ ਹੇਰਾਫੇਰੀ, ਲੌਕਰਾਂ 'ਚੋਂ ਸੋਨਾ ਵੀ ਗਾਇਬ। ਇਹ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਸਬ ਡਿਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਸ਼ੇਖੂਪੁਰਾ ਤੋਂ, ਜਿੱਥੇ ਦੀ ਸਟੇਟ ਬੈਂਕ ਆਫ ਇੰਡੀਆ ਬ੍ਰਾਂਚ 'ਚੋਂ ਕਰੋੜਾਂ ਰੁਪਏ ਦਾ ਘੁਟਾਲਾ ਹੋਇਆ ਤੇ ਇਲਜ਼ਾਮ ਵੀ ਕਿਸੇ ਹੋਰ ਤੇ ਨਹੀਂ ਬਲਕਿ ਬੈਂਕ ਦੇ ਹੀ ਹੈੱਡ ਕੈਸ਼ੀਅਰ ਤੇ ਲੱਗੇ ਨੇ। SBI ਦੀ ਬ੍ਰਾਂਚ 'ਚ 3 ਕਰੋੜ ਦਾ ਘਪਲਾ ਹੋਇਆ, ਪਰ ਹੈਰਾਨਗੀ ਤਾਂ ਉਦੋਂ ਹੋਈ ਜਦੋਂ ਗਾਹਕਾਂ ਦੇ ਲੌਕਰਾਂ ਦੇ ਵਿੱਚੋਂ ਸੋਨਾ ਵੀ ਗਾਇਬ ਪਾਇਆ ਗਿਆ। ਹੈੱਡ ਕੈਸ਼ੀਅਰ ਦੇ ਗਾਹਕਾਂ ਦੇ ਖਾਤਿਆਂ ਵਿੱਚੋਂ 39 ਲੱਖ ਰੁਪਏ, ATM 'ਚੋਂ ਕਰੀਬ 16 ਲੱਖ ਰੁਪਏ ਅਤੇ ਲੌਕਰਾਂ ਦੇ ਵਿੱਚੋਂ 342 ਗ੍ਰਾਮ ਸੋਨੇ ਦੀ ਚੋਰੀ ਦੇ ਇਲਜ਼ਾਮ ਲੱਗੇ ਨੇ। ਗਾਹਕਾਂ ਦੇ ਖਾਤਿਆਂ 'ਚੋਂ ਲੱਖਾਂ ਰੁਪਏ ਕਢਾ ਲਏ ਗਏ ਅਤੇ ਉਹਨਾਂ ਨੂੰ ਇਸ ਤੇ ਕਾਨੂੰ ਕਾਨ ਖਬਰ ਤੱਕ ਨਹੀਂ ਹੋਈ। ਇਸ ਘੁਟਾਲੇ ਬਾਰੇ ਉਹਨਾਂ ਨੂੰ ਉਦੋਂ ਪਤਾ ਲੱਗਿਆ ਜਦੋਂ ਪੈਸੇ ਕਢਵਾਉਣ ਬੈਂਕ ਦੇ ਵਿੱਚ ਗਏ ਤਾਂ ਅੱਗੇ ਉਹ ਖਾਤੇ ਖਾਲੀ ਮਿਲੇ। ਅਸੀਂ ਕੰਮ ਸਾਨੂੰ ਨਹੀਂ ਸੀ ਪਤਾ, ਅਸੀਂ ਇੱਥੇ ਆਏ ਨਹੀਂ।
ਜਦੋਂ ਅਸੀਂ ਆਏ ਜਦੋਂ ਇੱਥੇ ਦੇਖਿਆ ਸਾਡੇ ਖਾਤੇ 'ਚ ਪੈਸੇ ਹੈ ਨਹੀਂ ਸੀ। 8.5 ਲੱਖ ਰੁਪਈਆ ਮੇਰਾ ਖੁੱਲ੍ਹੇ ਖਾਤੇ ਸੀਗਾ, 2.35 ਦੀ ਮੇਰੀ ਲਿਫਟ ਸੀ, 2.35 ਦੀ ਮੇਰੇ ਭਰਾ ਦੀ ਲਿਫਟ ਸੀ। ਸਰ ਅਸੀਂ ਬੱਚੇ ਨੂੰ ਬਾਹਰ ਤੋਰਨਾ ਸੀ, ਜਦੋਂ ਅਸੀਂ ਵਿੜਕ ਲਿੱਤੀ ਅਤੇ ਪੈਸੇ ਲੈਣ ਆਏ ਅਤੇ ਇਹ ਕਹਿੰਦੇ ਵੀ ਤੁਹਾਡੇ ਖਾਤੇ 'ਚ ਪੈਸਾ ਹੈ ਨਹੀਂ। ਕਿਵੇਂ ਪਤਾ ਕੀਤਾ ਵੀ ਕੀ ਹੋਇਆ, ਕੀ ਗੱਲਬਾਤ ਕੀਤੀ ਸਾਰੀ ਬੈਂਕ? ਨਿੱਘ ਅਸੀਂ ਪਤਾ ਕਰਾਈ, ਸਾਨੂੰ ਕਹਿੰਦੇ ਕੋਈ ਗੱਲ ਨਹੀਂ, ਅਸੀਂ ਤੁਹਾਡੇ ਨਾਲ ਹਾਂ, ਤੁਹਾਡੇ ਨਾਲ ਸਹਿਮਤੀ ਸਾਡੀ, ਅਸੀਂ ਤੁਹਾਨੂੰ ਪੈਸੇ ਦਵਾ ਦਿਆਂਗੇ। ਸਾਨੂੰ ਤਾਂ ਇਹ ਗੱਲ ਕਹਿ ਕੇ ਮੋੜ ਦਿੰਦੇ ਸੀ, ਅੱਜ ਤੱਕ ਸਾਨੂੰ ਕੋਈ ਪੈਸਾ ਇਹਨਾਂ ਨੇ ਦਿੱਤਾ ਨਹੀਂ। ਮਾਮਲਾ ਧਿਆਨ 'ਚ ਆਉਂਦੇ ਪੁਲਿਸ ਨੇ FIR ਦਰਜ ਕੀਤੀ ਹੈ। ਪੁਲਿਸ ਦੀ ਸ਼ੁਰੂਆਤੀ ਜਾਂਚ 'ਚ ਸਾਹਮਣੇ ਆਇਆ ਕਿ ਲੋਨ ਲੈਣ ਦੇ ਸਮੇਂ ਗਾਹਕਾਂ ਤੋਂ ਖਾਲੀ ਵਾਊਚਰਾਂ 'ਤੇ ਸਾਈਨ ਕਰਾ ਲਏ ਜਾਂਦੇ ਸਨ ਜੋ ਗਾਹਕਾਂ ਦੀਆਂ ਫਾਈਲਾਂ 'ਚ ਲੱਗੇ ਹੁੰਦੇ ਸੀ, ਤਾਂ ਹੈੱਡ ਕੈਸ਼ੀਅਰ ਨੇ ਇਹਨਾਂ ਵਾਊਚਰਾਂ ਦੇ ਜ਼ਰੀਏ ਹੀ ਖਾਤਿਆਂ 'ਚੋਂ ਇਹ ਸਾਰੇ ਪੈਸੇ ਕਢਵਾਏ ਨੇ। SBI ਬੈਂਕ ਸ਼ੇਖਪੁਰਾ ਬ੍ਰਾਂਚ ਵਿੱਚ ਉਹਨਾਂ ਦੇ ਅਕਾਊਂਟ 'ਚੋਂ ਪੈਸੇ ਕਢਵਾਏ ਗਏ ਸੀ, ਜਦਕਿ ਉਹਨਾਂ ਨੇ ਇਹੋ ਜਿਹਾ ਕੁਛ ਕੰਮ ਨਹੀਂ ਕੀਤਾ ਸੀ। ਇਸ ਦੀ ਜਾਂਚ EO ਬੈਂਕ ਕੋਲ ਗਈ ਸੀ। EO ਬੈਂਕ ਨੇ ਪੜਤਾਲ ਕਰਕੇ ਇਹ ਸਿੱਟਾ ਕੱਢਿਆ ਕਿ ਕਾਫੀ ਜਣਿਆਂ ਦੇ ਅਕਾਊਂਟ 'ਚੋਂ ਪੈਸੇ ਗਾਇਬ ਹੋਏ ਸੀ ਜਿਹੜੇ ਕਿ ਉਹਨਾਂ ਨੇ ਨਹੀਂ ਕਢਾਏ ਸੀ, ਜਿਸ ਦੇ ਬੇਸ 'ਤੇ FIR ਤਲਵੰਡੀ ਸਾਬੋ ਦਰਜ ਕੀਤੀ ਗਈ ਹੈ। ਇਸ ਦੇ ਵਿੱਚ ਬੈਂਕ ਦੇ ਵਿੱਚ ਗੋਲਡ ਲੋਨ ਦਾ ਜਿਹੜੇ ਲੋਨ ਲੈਂਦੇ ਉਹਦਾ ਵੀ ਸੋਨਾ ਪਿਆ ਸੀ, ਉਹ ਵੀ ਗਾਇਬ ਹੋਇਆ ਹੈ, ਅਤੇ ATM ਦੇ ਵਿੱਚੋਂ ਵੀ ਪੈਸੇ ਨਿਕਲੇ ਸੀ। ਉਹ ਸਾਰਾ ਕੁਝ ਇਹ 'ਚ ਇਨਕਲੂਡਿਡ ਹੈਗਾ FIR ਦੇ ਵਿੱਚ। ਦੱਸੀਏ ਕਿ ਮੁਲਜ਼ਮ ਹਰਵੀਰ ਸਿੰਘ ਲੰਬੇ ਸਮੇਂ ਤੋਂ ਬ੍ਰਾਂਚ 'ਚ ਤੈਨਾਤ ਸੀ। ਪੀੜਤਾਂ ਦੇ ਵੱਲੋਂ ਬੈਂਕ ਮੈਨੇਜਰ ਅਤੇ ਹੋਰਨਾਂ ਮੁਲਾਜ਼ਮਾਂ 'ਤੇ ਵੀ ਮਿਲੀ ਭੁਗਤ ਦਾ ਸ਼ੱਕ ਜਤਾਇਆ ਜਾ ਰਿਹਾ, ਤਾਂ ਦੂਜੇ ਪਾਸੇ ਪੁਲਿਸ ਵੱਲੋਂ ਫਰਾਰ ਕੈਸ਼ੀਅਰ ਦੀ ਭਾਲ ਕੀਤੀ ਜਾ ਰਹੀ ਹੈ। ਪਰ ਇਸ ਪੂਰੇ ਘੁਟਾਲੇ 'ਚ ਹੋਰ ਕੌਣ ਕੌਣ ਸ਼ਾਮਿਲ ਹੈ, ਇਸ ਦਾ ਖੁਲਾਸਾ ਆਉਣ ਵਾਲੇ ਸਮੇਂ 'ਚ ਹੀ ਹੋਏਗਾ। ਤਲਵੰਡੀ ਸਾਬੋ ਤੋਂ ਲਖਵਿੰਦਰ ਦੀ ਰਿਪੋਰਟ, ਨਿਊਜ਼ 18 ਪੰਜਾਬ।